ਗੁੱਡ ਮਾਰਨਿੰਗ ਸਟੂਡੈਂਟਸ ਬੱਚਿਓ ਕੱਲ ਆਪਾਂ ਟੇਬਲ ਬਣਾਇਆ ਸੀ ਇੱਕ ਜਿਦੇ ਚ ਆਪਾਂ ਟ੍ਰੂ ਸੋਲੂਸ਼ਨ ਕੋਲਾਈਡ ਤੇ ਸਸਪੈਂਸ਼ਨ ਤਿੰਨਾਂ ਨੂੰ ਡਿਫਰੈਂਸ਼ੀਏਟ ਕੀਤਾ ਸੀ ਵੀ ਵੱਖ-ਵੱਖ ਆਪਾਂ ਦੇਖ ਲਿਆ ਵੀ ਇਹਨਾਂ 'ਚ ਫਰਕ ਕੀ ਹੈਗਾ ਹੁਣ ਆਪਣਾ ਜਿਹੜਾ ਟੌਪਿਕ ਸ਼ੁਰੂ ਹੋਣਾ ਉਹ ਕਲਾ ਕੋਲਾਈਡ ਹੋਣਾ ਕੋਲਾਈਡ ਦੀ ਚੱਲਣਾਏ ਹੁਣ ਸਿੱਧਾ ਜਿੰਨਾ ਕੀ ਖਤਮ ਹੋਊਗਾ ਜਿੱਥੋਂ ਤੱਕ ਜਾ ਕੇ ਸੋਲਿਊਸ਼ਨ ਕਿਉਂਕਿ ਜਿਹੜਾ ਸੋਲਿਊਸ਼ਨ ਹੁੰਦਾ ਉਹ ਤੇ ਆਪਾਂ ਪੜ ਚੁੱਕੇ ਕਿ ਯੂਨਿਟ ਵਿੱਚ ਯੂਨਿਟ ਨੰਬਰ 2 ਸੋਲਿਊਸ਼ਨ ਦਾ ਹੀ ਤੇ ਫਿਰ ਸੋਲਿਊਸ਼ਨ ਇਸ ਇਸ ਚੈਪਟਰ ਵਿੱਚ ਜੇ ਪੁੱਆ ਜਾਂਦਾ ਤੇ ਉਹਦੇ ਨੁਕਸਾਨ ਹੀ ਇੱਕ ਵਾਰ ਪੜਾ ਤੇ ਦਿੱਤਾ ਠੀਕ ਹੈ ਕੋਲਾਈਡ ਹੀ ਅੱਗੇ ਪੜਨਾ ਹੈ ਹੁਣ ਕੋਲਾਈਡ ਹੁੰਦਾ ਕੀ ਹੈ ਕੋਲਾਈਡ ਆਪਾਂ ਉਹ ਚ ਟੇਬਲ 'ਚ ਪੜਿਆ ਹੀ ਹੈ ਹੈਟਰੋਜੀਨੀਅਸ ਮਿਕਸਚਰ ਹੀ ਨਾ ਉਹੋ ਚੀਜ਼ ਤੋਂ ਆਪਾਂ ਇਹਨੂੰ ਡਿਫਾਈਨ ਕਰਦੇ ਆ ਆ ਕੋਲਾਈਡ a colloid is a heterogeneous mixture keh lo ya mixture keh den ne system keh dena heterogeneous system jeh hunda in which in which substance substance is dispersed substance is dispersed as very fine particle as very fine particles fine particles da matlab chote chote particle in another substance in another substance called dispersion medium dispersion medium toni definition kujh nahi pata lagana ki likhta ਹੁਣ ਦੇਖਿਓ ਸਮਝ ਆਉਂਦੀ ਮੈਂ ਐਗਜ਼ਾਮਪਲ ਦੇ ਰੂਪ ਚ ਦੱਸਦਾ ਐਗਜ਼ਾਮਪਲ ਇਹਦੀ ਹੈਗੀ ਆ ਜਿੱਦਾਂ ਤੁਸੀਂ ਸੁਣਿਆ ਹੋਣਾ ਵਾ ਪੀ ਜਿਹੜਾ ਪਹਿਲੋਂ ਚੀਜ਼ ਪਈ ਹੁੰਦੀ ਉਹਨੂੰ ਤੁਸੀਂ ਸੋਲਵੈਂਟ ਸੁਣਿਆ ਨਾ ਸੋਲਵੈਂਟ ਜਿਹੜਾ ਜ਼ਿਆਦਾ ਮਾਤਰਾ ਚ ਹੁੰਦਾ ਮੰਨ ਲਈ ਕੋਈ ਹੈਗਾ ਵਾ ਵਾਟਰ ਵਾਟਰ ਤੇ ਇਹਦੇ ਵਿੱਚ ਮੈਂ ਇਨਕ ਦੀ ਡ੍ਰੌਪ ਸੁੱਟਦਾ ਆ ਡ੍ਰੌਪ ਹੈ ਇਨਕ ਦੀ ਸੁੱਟ ਨੂੰ ਤੇ ਪੂਰਾ ਬਲੂ ਕਲਰ ਦਾ ਹੋ ਜਾਊਗਾ ਤੇ ਜਿਹੜੀ ਚੀਜ਼ ਮੈਂ ਬਾਹਰੋਂ ਪਾਉਣਾ ਪਿਆ ਇਹਨੂੰ ਆਪਾਂ ਸਲੀਊਟ ਬੋਲਦੇ ਆ ਨਾ ਤੇ ਸਲੀਊਟ ਇੱਥੇ ਕੀ ਹੈਗਾ ਕੋਈ ਇਨਕ ਤੇ ਜਿਹੜਾ ਬਾਅਦ ਚ ਸੋਲੂਸ਼ਨ ਤਿਆਰ ਹੋਣਾ ਸੋਲਵੈਂਟ ਤੇ ਸਲੀਊਟ ਰਲ ਕੇ ਜਿਹੜਾ ਇੱਕ ਸੋਲੂਸ਼ਨ ਕਹਿੰਦੇ ਆ ਨਾ ਜਿੰਨੂੰ ਤਿਆਰ ਕਰ ਲਈਦਾ ਆਪਾਂ ਹੁਣ ਇਹ ਤੇ ਚੀਜ਼ਾਂ ਇਹਦੇ ਨਾਲ ਮੈਚ ਨਹੀਂ ਕਰਦੀਆਂ ਪਈਆਂ ਕਿਉਂਕਿ ਇੱਥੇ ਮੈਂ ਇੱਕ ਵਰਡ ਵਰਤਿਆ ਡਿਸਪਰਸਡ ਇੱਕ ਵਰਡ ਵਰਤਿਆ ਡਿਸਪਰਸ਼ਨ మీడియం ਤੁਸੀਂ ਜਿਹਨੂੰ ਸੋਲਵੈਂਟ ਕਹਿੰਦੇ ਤੁਸੀਂ ਅੱਜ ਤੋਂ ਉਹਨੂੰ ਕਹਿਣਾ ਡਿਸਪਰਸ਼ਨ మీడియం ਡਿਸਪਰਸ਼ਨ మీడియం ਤੇ ਜਿਹਨੂੰ ਆਪਾਂ ਸਾਲਿਊਟ ਬੋਲਦੇ ਹੁੰਨੇ ਹੀ ਜਿਹੜੀ ਬਾਹਰੋਂ ਚੀਜ਼ ਪਾਉਣੀ ਹੁੰਨੀ ਹੈ ਉਹਨੂੰ ਅੱਜ ਤੋਂ ਆਪਾਂ ਕਹਿਣਾ ਡਿਸਪਰਸਡ ਫੇਸ ਇੱਥੇ ਫੇਸ ਵਰਡ ਵੀ ਲਿਖ ਲੈਣੇ ਜਾਂ ਸੈਂਸ ਦੇ ਅਕੋਰਡਿੰਗ ਡਿਸਪਰਸਿਟੀ ਸਹੀ ਲੱਗਣ ਡਿਆ ਵਾ ਇਹਨੂੰ ਆਪਾਂ ਵੇਹ ਬੋਲਣਾ ਹੁੰਦਾ ਡਿਸਪਰਸਡ ਫੇਸ ਜਦੋਂ ਜਦਾਂ ਸੋਲਿਊਟ ਤੇ ਸੋਲਵੈਂਟ ਰਲ ਕੇ ਸੋਲਿਊਸ਼ਨ ਬਣਦਾ ਹੀ ਡਿਸਪਰਸ਼ਨ ਮੀਡੀਅਮ ਤੇ ਡਿਸਪਰਸਡ ਫੇਸ ਰਲ ਕੇ ਕੋਲਾਈਡ ਬਣਨਾ ਹੁਣ ਹੋਇਆ ਹੁਣ ਕਲੀਅਰ ਕਿ ਕੋਲਾਈਡ ਕੀ ਆ ਕੋਲਾਈਡ ਦੇ ਵਿੱਚ ਜਿਹੜਾ ਜ਼ਿਆਦਾ ਮਾਤਰਾ ਚ ਹੋਊਗਾ ਉਹਨੂੰ ਡਿਸਪਰਸ਼ਨ ਮੀਡੀਅਮ ਕਹਿਣਾ ਜਿਹੜਾ ਘੱਟ ਮਾਤਰਾ ਚ ਹੋਊਗਾ ਉਹਨੂੰ ਡਿਸਪਰਸਡ ਫੇਸ ਕਹਿਣਾ ਤੇ ਇਥੇ ਆ ਕੋ ਇਹੋ ਹੀ ਕਿਹਾ ਸੀ ਮੈਂ ਕਿਹਾ ਸੀ ਕਿ ਇੱਕ ਸਬਸਟੈਂਸ ਹੁੰਦਾ ਜਿਹਨੂੰ ਬਾਹਰੋਂ ਪਾਇਆ ਜਾਂਦਾ ਜਿਹਦੇ ਪਾਰਟੀਕਲ ਬੜੇ ਪਤਲੇ ਨਿੱਕੇ ਹੁੰਦੇ ਨੇ ਇਤੂ ਜੀ ਸਬਸਟੈਂਸ ਵਿੱਚ ਆ ਦੂਸਰਾ ਸਬਸਟੈਂਸ ਹੈ ਜਿਹੜਾ ਦੂਜਾ ਸਬਸਟੈਂਸ ਉਹਨੂੰ ਡਿਸਪਰਸ਼ਨ మీడియం ਬੋਲਿਆ ਇਹ ਹੁੰਦਾ ਕੋਲਾਈਡ ਇੰਨੀ ਚੀਜ਼ ਹੁਣ ਕੋਲਾਈਡ ਦੀ ਆਪਾਂ ਕਰਦੇ ਹਾਂ ਕਲਾਸੀਫਿਕੇਸ਼ਨ ਕਲਾਸੀਫਿਕੇਸ਼ਨ ਆਫ ਕੋਲਾਈਡ ਕਲਾਸੀਫਿਕੇਸ਼ਨ ਆਫ ਕੋਲਾਈਡਸ ਕਲਾਸੀਫਿਕੇਸ਼ਨ ਆਫ ਕੋਲਾਈਡਸ दो दो तीन तरीके की होगी फिलहाल आपस्ट करते हैं ऑन द बेसिस ऑफ ऑन द बेसिस ऑफ फिजिकल स्टेट ऑफ फिजिकल स्टेट ऑफ डिस्पर्सट फेस हूँ यो चीज़ा ना वाह पैना जे तास्ट फेस से डिस्पर्शन मीडियम ना डिस्पर्स्ड फेस एंड डिस्पर्शन मीडियम डिस्पर्शन मीडियम ਫਿਜ਼ੀਕਲ ਸਟੇਟ ਸਮਝਦੇ ਹੋਣੇ ਤੁਸੀਂ ਸੋਲਿਡ ਲਿਕਵਿਡ ਤੇ ਗੈਸ ਜਿਹਨੂੰ ਕਹਿੰਨੇ ਆਪਾਂ ਠੀਕ ਹੈ ਵੇਨੇ ਕਿੰਨੇ ਤਰ੍ਹਾਂ ਦੇ ਕੋਲਾਈਡ ਹੋ ਸਕਦੇ ਟੇਬਲ ਬਣਾਵਾਂਗੇ ਇੱਕ ਬੰਨੀ ਲਿਖ ਲੈਣਾ ਸੀਰੀਅਲ ਨੰਬਰ ਸੀਰੀਅਲ ਨੰਬਰ ਇੱਕ ਬੰਨੀ ਆਪਾਂ ਲਿਖ ਲੈਣੇ ਆ dispersed face dispersed face ਫਿਰ ਆਜੂਗਾ ਇਹ ਘੱਟ ਮਾਤਰਾ ਚ ਹੁੰਦਾ ਜਿਹਨੂੰ ਸਲੂਟ ਬੋਲੀ ਦਾ ਤੇ ਫਿਰ ਆ ਜਾਂਦਾ ਡਿਸਪਰਸ਼ਨ ਮੀਡੀਅਮ ਡਿਸਪਰਸ਼ਨ ਮੀਡੀਅਮ ਉਸ ਤੋਂ ਬਾਅਦ ਆ ਜਾਂਦਾ ਵਾ ਕੋਲਾਈਡਲ ਸਿਸਟਮ ਕਿਹੜਾ ਕੋਲਾਈਡਲ ਸਿਸਟਮ ਕਿਹੜਾ ਫਿਰ ਆ ਜਾਣੀ ਐਗਜ਼ਾਮਪਲ ਲਾਸਟ ਇਹ ਟੇਬਲ ਯਾਦ ਹੋ ਗਿਆ ਤੁਹਾਡਾ 1 ਮਾਰਕ ਦੀ ਚੀਜ਼ ਕਵਰ ਹੋ ਜਾਣੀ ਕਿਉਂਕਿ ਤੁਹਾਨੂੰ ਕੋਈ ਐਗਜ਼ਾਮਪਲ ਪੁੱਛੀ ਜਾ ਸਕਦੀ ਆ ਇਹ ਪੇਪਰ ਚ ਆਊਗਾ ਪਰ ਇਹ ਜਿਆਦਾ ਆ ਜਿੰਨਾ ਵੀ ਟੇਬਲ ਮੈਂ ਬਣਾਉਂਗਾ ਇਹ ਚੋਂ ਮੈਕਸਿਮਮ 1 ਮਾਰਕ ਦਾ ਆ ਸਕਦਾ ਹੈ ਤੋਂ ਵੱਧ ਨਹੀਂ ਆਉਣਾ ਸਿਰਫ ਆ ਟੇਬਲ ਤੋਂ ਹੀ ਤੇ ਜੇ ਇੰਨੀ ਕਿ ਜਗ੍ਹਾ ਤੋਂ ਸਾਡਾ 1 ਨੰਬਰ ਕਵਰ ਹੋ ਜਾਂਦਾ ਤੇ ਵਧੀਆ ਗੱਲ ਹੀ ਐ ਹੁਣ ਆ ਦੇਖਿਓ ਫਸਟ ਸੀਰੀਅਲ ਨੰਬਰ ਫਸਟ ਇਹਦਾ ਟੋਟਲ ਨਾ 9 ਸਿਸਟਮ ਬਣਾਈਆਂ ਆਪਾਂ। ਵੀ ਕਿਉਂ ਕਿੱਦਾਂ ਬਣਾਉਣੀ ਆਪਾਂ ਜਿੱਦਾਂ ਆਪਾਂ ਕੀ ਕਰਾਂਗੇ ਆਪਾਂ ਜਿਆਦਾ ਮਾਤਰਾ ਚ ਆਪਾਂ ਤਿੰਨੇ ਵਾਰੀ ਸੋਲਿਡ ਲੈ ਲੈਣੀ ਇੱਕ ਵਾਰ। ਸੋਲਿਡ ਲੈ ਲੈਣੀ ਸੋਲਿਡ ਲੈ ਲੈਣੀ। ਤੇ ਸੋਲਿਡ ਦੇ ਵਿੱਚ ਗੈਸ ਪਾਉਣੀ ਸੋਲਿਡ ਦੇ ਵਿੱਚ ਲਿਕਵਿਡ ਪਾਉਣੀ। ਸੋਲਿਡ ਦੇ ਵਿੱਚ ਆਪਾਂ ਸੋਲਿਡ ਪਾਵਾਂਗੇ। ਅਤੇ ਨੀ ਸਿਸਟਮ ਬਣ ਜਾਣੇ ਫਿਰ ਆਪਾਂ ਕੀ ਕਰਦੇ ਆ ਆਪਾਂ ਚਾਤਾਂ ਮਾਤਰਾ ਦੇ ਵਿੱਚ ਲਿਕੁਇਡ ਲੈ ਲੈਨੇ ਲਿਕੁਇਡ ਲਿਕੁਇਡ ਤੇ ਲਿਕੁਇਡ ਲਿਕੁਇਡ ਦੇ ਵਿੱਚ ਆਪਾਂ ਗੈਸ ਪਾਵਾਂਗੇ ਲਿਕੁਇਡ ਦੇ ਵਿੱਚ ਆਪਾਂ ਲਿਕੁਇਡ ਪਾਵਾਂਗੇ ਤੇ ਲਿਕੁਇਡ ਦੇ ਵਿੱਚ ਆਪਾਂ ਸੋਲਿਡ ਪਾਵਾਂਗੇ ਇਸ ਤਰ੍ਹਾਂ ਫਿਰ ਆਪਾਂ ਤਿੰਨੇ ਮਾਤਰਾ ਦੇ ਵਿੱਚ ਕੀ ਲੈ ਲੈਨੇ ਗੈਸਿਸ ਗੈਸ ਇਥੇ ਵੀ ਗੈਸ ਇਥੇ ਵੀ ਗੈਸ ਗੈਸ ਦੇ ਵਿੱਚ ਆਪਾਂ ਗੈਸ ਪਾਵਾਂਗੇ ਗੈਸ ਦੇ ਵਿੱਚ ਆਪਾਂ ਲਿਕਵਿਡ ਪਾਵਾਂਗੇ ਤੇ ਗੈਸ ਦੇ ਵਿੱਚ ਆਪਾਂ ਸੋਲਿਡ ਪਾਵਾਂਗੇ ਆ ਵੇਖੋ ਨੌ ਬਣ ਗਏ ਟੋਟਲ ਹੁਣ ਇਹ ਇਹ ਤੇ ਮੈਂ ਲਿਖਾਉਣਾ ਪਰ ਇਹਦੇ ਚੋਂ ਐਗਜ਼ਾਮਪਲਾਂ ਦੇਖਿਓ ਇਹਦੀਆਂ ਐਗਜ਼ਾਮਪਲਾਂ ਤੁਸੀਂ ਜ਼ਰੂਰ ਕਿਤੇ ਨਾ ਕਿਤੇ ਨੋਟ ਕੀਤੀਆਂ ਹੋਣਗੀਆਂ ਜਿੱਦਾਂ ਪਹਿਲਾ ਵਾ ਜਿਆਦਾ ਮਾਤਰਾ ਚ ਸੋਲਿਡ ਹੋਵੇ ਤੇ ਘੱਟ ਮਾਤਰਾ ਚ ਗੈਸ ਹੋਵੇ ਕੀ ਕੀੜੀ ਐਗਜ਼ਾਮਪਲ ਹੋ ਸਕਦੀ ਰਬੜ ਰਬੜ ਜਾਂ ਤੁਸੀਂ ਉਹ ਵੀ ਕੋਈ ਹੋਰ ਚੀਜ਼ ਵੀ ਤੁਸੀਂ ਸੋਚ ਸਕਦੇ ਹੋ ਬੈੱਡ ਦਾ ਗੱਦਾ ਜਿਹੜਾ ਹੁੰਦਾ ਗੱਦਾ ਜਿਹੜਾ ਹੁੰਦਾ ਵਾ ਉਹ ਉਹ ਜ਼ਿਆਦਾ ਮਾਤਰਾ ਚ ਸੋਲਿਡ ਹੈ ਤੇ ਉਹਦੇ ਵਿੱਚ ਹਵਾ ਜੀ ਭਰੀ ਤਾਂ ਹੀ ਉਹ ਪ੍ਰੈਸ ਹੋ ਜਾਂਦਾ ਠੀਕ ਹੈ ਨਾ ਜਰ ਰਬੜ ਰਬੜ ਕੋਈ ਵੀ ਤੁਹੀ ਭਾਵੇਂ ਉਹ ਅਰੀਜ਼ੇਬਲ ਰਬੜੀ ਹੋਵੇ ਉਹ ਉਹ ਦੀ ਉਹ ਵੀ ਕੀ ਆ ਸੋਲਿਡ ਆ ਸਖਤ ਜਿਆਈ ਆ ਤੇ ਉਹਨੂੰ ਨੱਪੋਗੇ ਪ੍ਰੈਸ ਵੀ ਹੋ ਜਾਂਦਾ ਇਹਦਾ ਮਤਲਬ ਉਹ ਚ 에ਅਰ ਦੇ ਪਾਰਟੀਕਲ ਵੀ ਹੈਗੇ ਪਰ 에ਅਰ ਬਹੁਤ ਘੱਟ ਹੈ ਗੈਸ ਬਹੁਤ ਘੱਟ ਹੈ ਸੋਲਿਡ ਬਹੁਤ ਜ਼ਿਆਦਾ ਤੇ ਐਗਜ਼ਾਮਪਲ ਰਬੜ ਹੋਗੀ ਹੁਣ ਆ ਵੇਖਿਓ ਜਿਆਦਾ ਮਾਤਰਾ ਚ ਸੋਲਿਡ ਹੋਵੇ ਤੇ ਘੱਟ ਮਾਤਰਾ ਚ ਲਿਕਵਿਡ ਹੋਵੇ ਇਹ ਕਿਹੜੀ ਐਗਜ਼ਾਮਪਲ ਹੋ ਸਕਦੀ ਇਹਦੇ ਚ ਆਪਾਂ ਕਹਿ ਸਕਦੀਆਂ ਪਨੀਰ ਚੀਜ਼ کہہ ਸਕਦੇ ਚੀਜ਼ ਬੋਲ ਸਕਦੇ ਆਪਾਂ ਤੇ ਜਾਂ ਇੱਥੇ ਤੁਸੀਂ ਸੋਣ ਲਓ ਜਗ੍ਹਾ ਨਹੀਂ ਹੈਗੀ ਬੂਟ ਪਾਲਿਸ਼ ਜਿਹੜੀ ਹੁੰਦੀ ਉਹ ਵੀ ਇਸੇ ਸਿਸਟਮ ਦੀ ਹੁੰਦੀ ਆ ਪਨੀਰ ਦੇ ਵਿੱਚ ਕੀ ਹੁੰਦਾ ਵਾ ਪਨੀਰ ਦੇ ਵਿੱਚ ਸਖਤ ਚੀਜ਼ ਵੀ ਹੁੰਦੀ ਤੇ ਉਹਦੇ ਵਿੱਚ ਲਿਕਵਿਡ ਜਿਆ ਵੀ ਹੁੰਦਾ ਨਾ ਤੇ ਫਿਰ ਇਹ ਪਨੀਰ ਦੀ ਐਗਜ਼ਾਮਪਲ ਆ ਸਕਦੀ ਚੀਜ਼ ਦੀ ਤੇ ਇੱਕ ਮੈਂ ਇੱਥੇ ਜਗ੍ਹਾ ਨਹੀਂ ਹੈਗੀ ਲਿਖਣ ਲਈ ਮੈਂ ਇਹਦੇ 'ਚ ਨਾ ਹੀ ਐਡ ਕਰਾਂ ਮੈਂ ਇਹ ਤਾ ਨੂੰ ਉਧਰ ਦੱਸ ਦਿੰਨਾ ਬੂਟ ਪਾਲਿਸ਼ ਉਹੀ ਇਸੇ ਸਿਸਟਮ ਦੀ ਜਿਹੜਾ ਵੀ ਇਥੇ ਮੈਂ ਨਾਂ ਬਾਤ ਚ ਲਿਖਾਉਣਾ ਪਈ ਲੂ ਮੈਂ ਉਹ ਚੀਜ਼ਾਂ ਦੱਸਣ ਦੇ ਜਿਨ੍ਹਾਂ ਨੂੰ ਤੁਸੀਂ ਡੀਲ ਕਰਦੇ ਰਹਿੰਨੇ ਡੇ ਟੂ ਡੇ ਲਾਈਫ 'ਚ ਹੁਣ ਆ ਵੇਖੋ ਜਿਆਦਾ ਜਿਆਦਾ ਮਾਤਰਾ ਵਿੱਚ ਵੀ ਸੋਲਿਡ ਤੇ ਘੱਟ ਮਾਤਰਾ ਵਿੱਚ ਵੀ ਸੋਲਿਡ ਇਹ ਕਿਹੜਾ ਹੋ ਸਕਦਾ ਵਾ ਜੈਮ ਸਟੋਨ ਕਹਿ ਸਕਦੇ ਆਪਾਂ ਜੈਮ ਸਟੋਨ ਜਾਂ ਜਿਹੜੇ ਕੁਝ ਅਸਟਰੋਲੋਜਰ ਅੰਗੂਠੀਆਂ ਦਿੰਦੇ ਹੁੰਦੇ ਹਨ ਨਾ ਬਲੈਕ ਕਲਰ ਦੀ ਬਲੂ ਕਲਰ ਦੀ ਉਹ ਜੈਮ ਸਟੋਨਸ ਜਿਹੀ ਹੁੰਦੀ ਨੇ ਠੀਕ ਹੈ ਉਹਦੇ ਵਿੱਚ ਉਹ ਦੋਵੇਂ ਚੀਜ਼ਾਂ ਰਲੀਆਂ ਹੁੰਦੀਆਂ ਮਿਕਸਚਰ ਹੁੰਦਾ ਸੋਲਿਡ ਤੇ ਸੋਲਿਡ ਦਾ ਜੈਮਸਟੋਨ ਕਹਿ ਸਕਦੇ ਇੱਕ ਤੁਸੀਂ ਉਹ ਉਹ ਪੜੀ ਹੀ ਸਟੋਰੀ ਮੇਰੇ ਖਾਲ ਹੁਣ ਤੇ ਦਾ ਆਪਣੀ ਪਲੱਸ 2 ਕਲਾਸ ਹੈ ਨਾ ਤੇ ਤੁਸੀਂ 10th ਵਿੱਚ ਦਾ ਹੈਪੀ ਪ੍ਰਿੰਸ ਪੜ੍ਹੀ ਹੀ ਤੇ ਹੈਪੀ ਪ੍ਰਿੰਸ ਦੀ ਜਿਹੜੀ ਉਹ ਤਲਵਾਰ ਹੁੰਦੀ ਉਹਦੇ ਉੱਪਰ ਰੂਬੀ ਗਲਾਸ ਲੱਗਾ ਹੁੰਦਾ ਰੂਬੀ ਗਲਾਸ ਵੀ ਇਸੇ ਕੈਟਾਗਰੀ ਦਾ ਹੀ ਹੈ ਤੁਸੀਂ ਜੈਮਸਟੋਨ ਲਿਖ ਲਿਓ ਤੇ ਇੱਕ ਸੁਣ ਲਓ ਲਿਖਣਾ ਤੁਸੀਂ ਆਪਣੀ ਨੋਟਬੁੱਕ ਤੇ ਲਿਖ ਲਿਓ ਰੂਬੀ ਗਲਾਸ ਉਸ ਤੋਂ ਬਾਅਦ ਆ ਗਿਆ ਜਿਆਦਾ ਮਾਤਰਾ ਦੇ ਵਿੱਚ ਲਿਕਵਿਡ ਤੇ ਘੱਟ ਮਾਤਰਾ ਚ ਗੈਸ ਇਹ ਉਹੀ ਨੇ ਜਿੱਦਾਂ ਆਪਾਂ ਕਹਿ ਸਕਦੇ ਆ ਜਿਆਦਾ ਮਾਤਰਾ ਚ ਲਿਕਵਿਡ ਤੇ ਘੱਟ ਮਾਤਰਾ ਦੇ ਵਿੱਚ ਗੈਸ ਇਹਨੂੰ ਤੁਸੀਂ ਉਹ ਵੀ ਸਮਝ ਸਕਦੇ ਆ ਜਿਹੜੇ ਜਿੱਦਾਂ ਕੋਕ ਵਗੈਰਾ ਹੋਊਗੀ ਇਰੇਟਿਡ ਡਰਿੰਕ ਜਿਨ੍ਹਾਂ ਨੂੰ ਆਪਾਂ ਕਹਈਦਾ ਤੇ ਜਾਂ ਤੁਸੀਂ ਸੋਪ ਸੋਲੂਸ਼ਨ ਵੀ ਕਹਿ ਸਕਦੇ ਆ ਸੋਪ ਸੋਲਿਊਸ਼ਨ ਜਿਹੜਾ ਸਾਬਣ ਵਾਲਾ ਪਾਣੀ ਹੁੰਦਾ ਏ ਉੱਚ ਉੱਚ ਗੈਸੀਸ ਵੀ ਹੁੰਦੀਆਂ ਤਾਂ ਹੀ ਤੇ ਬੱਬਲ ਬਣਦੇ ਨੇ ਨਾ ਠੀਕ ਹੈ ਸੋਪ ਸੋਲਿਊਸ਼ਨ ਵੀ ਘੱਟ ਮਾਤਰਾ ਚ ਗੈਸ ਤੇ ਪਰ ਜ਼ਿਆਦਾ ਮਾਤਰਾ ਚ ਪਾਣੀ ਜਾਂਦਾ ਲਿਕਵਿਡ ਲਿਕਵਿਡ ਇਨ ਲਿਕਵਿਡ ਮਿਲਕ ਮਿਲਕ ਕਿੰਨੀ ਵਧੀਆ ਐਗਜ਼ਾਮਪਲ ਹੈ ਲਿਕਵਿਡ ਇਨ ਲਿਕਵਿਡ ਸੋਲਿਡ ਇਨ ਲਿਕਵਿਡ ਸੋਲਿਡ ਇਨ ਲਿਕਵਿਡ ਆਪਾਂ ਕਹਿ ਸਕਦੇ ਹਾਂ ਪੇਂਟ ਜਿਹੜਾ ਰੰਗ ਹੁੰਦਾ ਏ ਪੇਂਟ ਜਿਹੜਾ ਹੁੰਦਾ ਨਾ ਪੇਂਟ ਪਾਊਡਰ ਜਿਹੰਦਾ ਉਹਨੂੰ ਲਿਕਵਿਡ ਵਿੱਚ ਪਾਇਆ ਹੁੰਦਾ ਲਿਕਵਿਡ ਜਿਆਦਾ ਮਾਤਰਾ ਚ ਹੁੰਦਾ ਸੋਲਿਡ ਜਿਹੜਾ ਉਹਨੂੰ ਲਿਕਵਿਡ ਚ ਪਾਇੰਦਾ ਪੇਂਟ ਕਹਿ ਸਕਦੇ ਮੱਡੀ ਵਾਟਰ ਚਿੱਕੜ ਵਾਲਾ ਪਾਣੀ ਜਿਹੜਾ ਹੁੰਦਾ ਗੈਸ ਇਨ ਗੈਸ Air ਹਵਾ ਲਿਕਵਿਡ ਇਨ ਗੈਸ ਗੈਸ ਇਨ ਗੈਸ ਹੋ ਗਿਆ ਲਿਕਵਿਡ ਇਨ ਗੈਸ ਤੁੰਦ ਹਵਾ ਚ ਨਮੀ ਜੀ ਹੁੰਦੀ ਨਾ ਲਿਕਵਿਡ ਇਨ ਗੈਸ ਫੌਗ ਕਹਿ ਸਕਦੇ ਜਾਂ ਬੱਦਲ ਕਲਾਉਡਸ ਕਲਾਉਡਸ ਤੇ ਸੋਲਿਡ ਇਨ ਗੈਸ ਤੂੰ ਮਾਰ ਕਹਿ ਸਕਦੇ ਸਮੋਗ ਮਿੱਟੀ ਘਟਾ ਜਿਹੜਾ ਡਸਟੀ 에ਅਰ ਵੀ ਕਹਿ ਸਕਦੇ ਹੁਣ ਇੱਕ ਆ ਆ ਚੀਜ਼ਾਂ ਮੈਨ ਇਹਦੇ ਚੋਂ ਵਨ ਮਾਰਕ ਦਾ ਆਣਾ ਜੀ ਕੋਲਾਈਡਲ ਸਿਸਟਮ ਯਾਦ ਰੱਖ ਲਿਓ ਜਿਹੜਾ ਹੁੰਦਾ ਨਾ ਗੈਸ ਇਨ ਸੋਲਿਡ ਵਾਲਾ ਜਿੱਚ ਮੈਂ ਰਬੜ ਵਗੈਰਾ ਲਿਖਾਇਆ ਰਬੜ ਵਗੈਰਾ ਲਿਖਾਇਆ ਇਹ ਕਿਹੜਾ ਹੁੰਦਾ ਏ ਇਹ ਹੁੰਦਾ ਏ ਸੋਲਿਡ ਫੋਮ ਠੀਕ ਹੈ ਇੱਕ ਕੋਲਾਈਡਲ ਸਿਸਟਮ ਦਾ ਨਾਮ ਯਾਦ ਰੱਖ ਲਿਓ ਸੋਲਿਡ ਫਾਰਮ liquid ਇਨ ਸੋਲਿਡ ਜਿਹੜਾ ਤੁਹਾਨੂੰ ਮੈਂ ਚੀਜ਼ ਵਾਲਾ ਲਿਖਾਇਆ ਇਹ ਹੁੰਦਾ ਜੈਲਸ ਠੀਕ ਹੈ ਇਹਨਾਂ ਦੀ ਕੈਟਾਗਰੀ ਆ ਕਿ ਜੈਲਸ ਕੀੜੇ ਹੁੰਦੇ ਕੋਲਾਈਡਲ ਸਿਸਟਮ ਜਿੰਨਾ ਚ ਲਿਕਵਿਡ ਘੱਟ ਮਾਤਰਾ ਚ ਸੋਲਿਡ ਜ਼ਿਆਦਾ ਮਾਤਰਾ ਚ ਹੁੰਦਾ ਸੋਲਿਡ ਇਨ ਸੋਲਿਡ ਜਿਹੜਾ ਮੈਂ ਤੁਹਾਨੂੰ ਜੈਮਸਟੂਨ ਵਾਲਾ ਲਿਖਾਇਆ ਇਹਨੂੰ ਸੋਲਿਡ ਸੋਲਸ ਕਹਿੰਦੇ ਨੇ ਗੈਸ ਇਨ ਲiquid ਜਿਹੜਾ ਸੋਪ ਸੋਲੂਸ਼ਨ ਵਾਲਾ ਲਿਖਾਇਆ ਇਹਨੂੰ ਫੋਮ ਕਹਿੰਦੇ ਫਰੂਥ ਵੀ ਕਹਿ ਦਿੰਦੇ ਫਰੂਥ ਚਾ ਗੁੰਦਾ ਨਾ ਫੋਮ ਤੇ ਫਰੂਥ ਠੀਕ ਹੈ ਮਿਲਕ ਵਾਲਾ ਜਿਹੜਾ ਮੈਂ ਲਿਖਾਇਆ ਇਹਨਾਂ ਨੂੰ emulsions ਕਹਿੰਦੇ ਨੇ ਤੁਸੀਂ ਮਿਲਕ ਨੂੰ ਅੱਜ ਤੋਂ emulsion ਕਹਿ ਸਕਦੇ ਠੀਕ ਹੈ emulsions ਕਹਿੰਦੇ ਨੇ ਜਿਹੜਾ ਪੇਂਟ ਵਾਲਾ ਤਾਂ ਉਹਨੂੰ ਮੈਂ ਦੱਸਿਆ ਪੇਂਟ ਵਾਲੀ ਨੂੰ ਆਪਾਂ ਬੋਲਦੇ ਹੁੰਨੇ ਹੀ ਸੋਲਸ ਇਨੋਸੋਲਸ ਬੋਲੀ ਦਾ ਤੇ ਏਰਲ ਜਾਂ ਫੋਗ ਵਾਲਾ ਇੱਕ ਯਾਦ ਹੈ ਫੋਗ ਵਾਲੇ ਨੂੰ ਕਹਿੰਦੇ ਨੇ ਐਰੋਸੋਲਸ ਐਰੋਸੋਲਸ ਆਫ ਲਿਕਵਿਡ ਫੋਗ ਰਹਿ ਗਿਆ স্মੋਕ ਤੇ ਡਸਟ ਵਾਲਾ স্মੋਕ ਡਸਟ ਐਰੋਸੋਲਸ ਆਫ ਸੋਲਿਡ ਬੋਲਾਂਗੇ ਨੂੰ ਐਰੋਸੋਲਸ ਆਫ ਸੋਲਿਡਸ ਇੱਕ ਰਹਿ ਗਿਆ ਗੈਸ ਇਨ ਗੈਸ ਇਹਨੂੰ ਕੀ ਬੋਲਾਂਗੇ ਆਪਾਂ ਸੋਲਿਡ ਇਨ ਸੋਲਿਡ ਸੋਲਿਡ ਸੋਲ ਲਿਕਵਿਡ ਇਨ ਲਿਕਵਿਡ ਇਮਲਸ਼ਨਸ ਇਹਨੂੰ ਨਾ ਗੈਸ਼ੀਅਸ ਸੋਲਸ ਬੋਲਾਂਗੇ ਠੀਕ ਹੈ ਇਹ ਟੇਬਲ ਕੰਪਲੀਟ ਕਰ ਲਿਓ ਥੈਂਕ ਯੂ